ਲੁਧਿਆਣਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵੱਖ ਵੱਖ ਹਲਕਿਆਂ ਵਿੱਚ ਆਪਣੀ ਚੋਣ ਪ੍ਰਚਾਰ ਮੁਹਿੰਮ ਬੜੀ ਸਰਗਰਮੀ ਨਾਲ ਚਲਾ ਰਹੇ ਹਨ। ਐਡਵੋਕੇਟ ਫੂਲਕਾ ਅੱਜ ਅਜੀਤ ਵੈੱਬ ਟੀ ਵੀ ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ। ਅਸੀਂ ਇਹਨਾਂ ਕੋਲੋਂ ਸਥਾਨਕ ਮਸਲਿਆਂ ਬਾਰੇ, ਪੰਜਾਬ ਦੀਆਂ ਮੰਗਾਂ ਬਾਰੇ ਅਤੇ ਜੋ ਕੇਂਦਰ ਦੀਆਂ ਚੁਣੌਤੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਐਡਵੋਕੇਟ ਫੂਲਕਾ ਜੀ ਦਾ ਅਜੀਤ ਵੈੱਬ ਟੀ ਵੀ ਵੱਲੋਂ ਸਵਾਗਤ ਕਰਦਾ। ਫੂਲਕਾ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਜੀਵਨ ਸਫ਼ਰ ਬਾਰੇ ਸੰਖੇਪ ਵਿੱਚ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਮੇਰਾ ਜੀ ਜਨਮ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਹੋਇਆ, ਭਦੌੜ ਵਿੱਚ, ਜੋ ਬਰਨਾਲੇ ਦੇ ਕੋਲੇ ਹੈ। ਅਤੇ ਮੈਂ ਆਪਣੀ 10ਵੀਂ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਕੀਤੀ। ਉਸ ਤੋਂ ਮਗਰੋਂ ਲੁਧਿਆਣੇ ਯੂਨੀਵਰਸਿਟੀ 'ਚ ਆ ਕੇ ਮੈਂ BSC ਕੀਤੀ। ਫਿਰ ਚੰਡੀਗੜ੍ਹ ਤੋਂ ਵਕਾਲਤ LLB ਕਰਕੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਅਜੇ 3 ਸਾਲ ਹੀ ਹੋਏ ਸੀ ਸੁਪਰੀਮ ਕੋਰਟ ਜਾ ਕੇ ਪ੍ਰੈਕਟਿਸ ਸ਼ੁਰੂ ਕੀਤੇ ਨੂੰ, ਔਰ ਦਿੱਲੀ ਗਏ ਨੂੰ, ਜਦੋਂ 84 ਦਾ ਕਤਲੇਆਮ ਵਾਪਰ ਗਿਆ। ਔਰ ਉਦੋਂ ਤੋਂ ਹੀ ਲਗਾਤਾਰ ਇਹ 84 ਦੇ ਜੋ ਕਾਤਲ ਨੇ ਉਹਨਾਂ ਦੇ ਖਿਲਾਫ ਕੇਸਿਸ ਕਰਦਾ ਆ ਰਿਹਾ। ਫੂਲਕਾ ਜੀ, ਤੁਸੀਂ ਕਿਸ ਦੇਸ਼ ਨੂੰ ਲੈ ਕੇ ਰਾਜਨੀਤੀ 'ਚ ਆਏ ਹੋ ਔਰ ਤੁਹਾਡੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਕੀ ਰਹੀਆਂ ਹਨ? ਰਾਜਨੀਤੀ ਤਾਂ ਮੈਂ ਹੁਣੇ ਆਇਆ। ਪਹਿਲਾਂ ਤਾਂ ਬੜੇ ਲੰਬੇ ਸਮੇਂ ਤੋਂ ਮੈਂ ਸਮਾਜ ਸੇਵਾ ਕਰਦਾ ਰਿਹਾ। ਇਹ 84 ਤੋਂ ਇਲਾਵਾ ਮੈਂ ਹੋਰ ਵੀ ਬੜੇ ਬਹੁਤ ਮੁੱਦਿਆਂ ਦੇ ਉੱਤੇ ਪਹਿਲਾਂ ਤਾਂ ਕੇਸਿਸ ਕੀਤੇ ਨੇ, ਜੋ ਬੱਚੇ ਗੁੰਮ ਹੋ ਜਾਂਦੇ ਉਹਨਾਂ 'ਤੇ, ਜੋ ਲੜਕੀਆਂ ਦੀ ਤਸਕਰੀ ਹੁੰਦੀ ਹੈ ਉਹਨਾਂ 'ਤੇ। ਇਸ ਤੋਂ ਇਲਾਵਾ ਪੰਜਾਬ ਵਿੱਚ ਮੈਂ ਆਪਣੀਆਂ ਬੜੀਆਂ ਮੁਹਿੰਮ ਚਲਾਈਆਂ ਨੇ। ਨਸ਼ਿਆਂ ਦੇ ਖਿਲਾਫ਼ ਮੁਹਿੰਮ ਚਲਾਈ, 800 ਕਿਲੋਮੀਟਰ ਲੰਬਾ ਮਾਰਚ ਨਿਕਾਲਿਆ ਸੀ ਪਿਛਲੀਆਂ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਗੌਰਮੈਂਟ ਸਕੂਲ ਦੇ ਬੱਚੇ, ਉਹਨਾਂ ਦੀ ਕੋਚਿੰਗ ਪਿਛਲੇ 10 ਸਾਲ ਤੋਂ ਅਸੀਂ ਉਹਨਾਂ ਦੀ ਕੋਚਿੰਗ ਕਰਵਾ ਰਹੇ ਹਾਂ, ਮੁਫ਼ਤ ਕੋਚਿੰਗ। ਉਸ ਤੋਂ ਇਲਾਵਾ ਪਿੰਡਾਂ ਵਿੱਚ ਜਾ ਕੇ ਸੁਸਾਇਟੀਆਂ ਬਣਾਈਆਂ, ਕਿਰਤ ਲਹਿਰ ਚਲਾਈ ਸੀ ਇੱਕ ਉਹਦੇ ਨਾਮ 'ਤੇ, ਜਾ ਕੇ ਪਿੰਡਾਂ ਸੁਸਾਇਟੀਆਂ ਬਣਾਈਆਂ ਤਾਂ ਕਿ ਜੋ ਕਿਸਾਨਾਂ ਦੀ ਆਮਦਨ ਵੱਧ ਸਕੇ। ਇਹ ਜੇ ਕੰਮ ਹੀ ਮੈਂ ਲਗਾਤਾਰ ਕਰਦਾ ਸੀ। ਅੱਜ ਤੱਕ ਕਦੇ ਕੋਈ ਸਰਕਾਰੀ ਅਹੁਦਾ ਨਹੀਂ ਲਿਆ, ਕੋਈ ਪਦਵੀ ਨਹੀਂ ਲਈ, ਨਾ ਹੀ ਰਾਜਨੀਤੀ 'ਚ ਆਇਆ। ਤਾਂ ਮੇਰੀਆਂ ਤਾਂ ਸਮਾਜਿਕ ਪ੍ਰਾਪਤੀਆਂ ਹੀ ਨੇ ਜੋ ਹੈਗੀਆਂ ਨੇ। ਔਰ ਹੁਣ ਆ ਕੇ ਜਦੋਂ ਆਮ ਆਦਮੀ ਪਾਰਟੀ ਬਣੀ, ਇਹ ਵੀ ਇਹੋ ਜਿਹੇ ਸਮਾਜ ਸੇਵੀ ਨੇ ਜੋ ਬੜੇ ਲੰਬੇ ਅਰਸੇ ਤੋਂ ਇਹ ਸਮਾਜ ਸੇਵਾ ਦਾ ਕੰਮ ਕਰ ਰਹੇ ਸੀ। ਤਾਂ ਮੈਂ ਹੁਣ ਸੋਚਿਆ ਕਿ ਪੰਜਾਬ ਦੇ ਵਿੱਚ ਵੀ ਇਹ ਬਦਲਾਅ ਲਿਆਉਣਾ, ਜੋ ਸਾਰੇ ਦੇਸ਼ ਵਿੱਚ ਹੁਣ ਸਿਸਟਮ ਬਦਲ ਰਿਹਾ, ਪੰਜਾਬ ਦੇ ਵਿੱਚ ਵੀ ਇਹ ਬਦਲਾਅ ਲਿਆਉਣਾ, ਤਾਂ ਇਸ ਕਰਕੇ ਕੁਛ ਨਾ ਕੁਛ ਕਰਨਾ ਪਏਗਾ। ਇਹਦੇ ਵਾਸਤੇ ਮੈਂ ਇਸ ਕਰਕੇ ਸਿਆਸਤ ਜੁਆਇਨ ਕੀਤੀ ਔਰ ਇਹਦੇ ਵਿੱਚ ਆਇਆ। ਫੂਲਕਾ ਜੀ, ਤੁਸੀਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹੋ ਅਤੇ ਲੁਧਿਆਣਾ ਜਿਹੜਾ ਹੈਗਾ ਸਿਰਫ ਪੰਜਾਬ ਦਾ ਨਹੀਂ ਬਲਕਿ ਵਿਸ਼ਵ ਦਾ ਇੱਕ ਮੋਢੀ ਸ਼ਹਿਰ ਹੈ ਔਰ ਤੁਹਾਡੀ ਤੁਸੀਂ ਹੁਣ ਪਿਛਲੇ  3-4 ਮਹੀਨੇ ਤੋਂ ਲਗਾਤਾਰ ਇੱਥੇ ਲੋਕਾਂ 'ਚ ਵਿਚਰ ਰਹੇ ਹੋ ਅਤੇ ਤੁਹਾਡੀ ਨਜ਼ਰ 'ਚ ਲੁਧਿਆਣਾ ਸ਼ਹਿਰ ਦੀਆਂ ਕੀ ਮੁਸ਼ਕਲਾਂ ਹੈਗੀਆਂ ਅਤੇ ਉਹਨਾਂ ਨੂੰ ਤੁਸੀਂ ਹੱਲ ਕਰਾਉਣ ਲਈ ਕੀ ਯਤਨ ਕਰੋਗੇ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਲੁਧਿਆਣਾ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਸ਼ਹਿਰਾਂ 'ਚੋਂ ਇੱਕ ਆ, ਪਰ ਇੱਥੇ ਵਿਕਾਸ ਨਾਮ ਦੀ ਤਾਂ ਬਿਲਕੁਲ ਕੋਈ ਚੀਜ਼ ਹੀ ਨਹੀਂ। ਜੋ ਮੇਨ ਸੜਕਾਂ ਨੇ, ਹਾਈਵੇ ਨੇ, ਉਹਨਾਂ ਨੂੰ ਛੱਡ ਕੇ ਕਿਸੇ ਵੀ ਕਲੋਨੀ ਦੇ ਵਿੱਚ ਚਲੇ ਜਾਓ, ਬੁਰਾ ਹਾਲ ਆ ਸੜਕਾਂ ਦਾ। ਥੋੜ੍ਹਾ ਜਿਹਾ ਮੀਂਹ ਪੈ ਜਾਵੇ ਤਾਂ ਸੜਕਾਂ ਛੱਪੜ ਬਣ ਜਾਂਦੀਆਂ। ਉਸ ਤੋਂ ਇਲਾਵਾ ਇੰਡਸਟਰੀ ਦਾ ਬੁਰਾ ਹਾਲ ਹੋਇਆ ਪਿਆ, ਉਸ ਤੋਂ ਇਲਾਵਾ ਟ੍ਰੈਫਿਕ ਦਾ ਬੁਰਾ ਹਾਲ ਆ। ਮੈਂ ਕਿਹਾ ਤੁਸੀਂ ਇੱਥੇ ਤਾਂ ਪ੍ਰੋਬਲਮ ਹੀ ਪ੍ਰੋਬਲਮ ਨੇ, ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਪ੍ਰੋਬਲਮ ਦੇ ਹੱਲ ਹੁਣ ਤੱਕ ਕਿਸੇ ਵੀ ਸਰਕਾਰ ਨੇ ਕਿਉਂ ਨਹੀਂ ਨਿਕਾਲੇ। ਇੰਨੀਆਂ ਮੁਸ਼ਕਲਾਂ ਨੇ ਇੱਥੇ ਦੀ, ਲੈ ਲਓ ਇੱਥੇ ਦੀ ਕੋਈ ਸੇਫ ਹੀ ਨਹੀਂ, ਸੁਰੱਖਿਆ ਹੀ ਨਹੀਂ। ਸ਼ਰੇਆਮ ਸਰਾਭਾ ਨਗਰ ਜੋ ਸੈਂਟਰ ਆ ਲੁਧਿਆਣੇ ਦਾ, ਉੱਥੇ ਬਾਜ਼ਾਰ ਦੇ ਵਿੱਚ 200 ਗੋਲੀ ਚੱਲ ਗਈ ਔਰ ਪੁਲਿਸ ਦੇਖਦੀ ਰਹੀ, ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਮੌਕੇ ਵਿੱਚ। ਤਾਂ ਇਸ ਸਮੱਸਿਆ ਤੁਸੀਂ ਕਹੋ ਤਾਂ ਜੇ ਤੁਸੀਂ ਗਰਾਂ ਲੱਗੋ ਤਾਂ ਸੈਂਕੜੇ ਸਮੱਸਿਆ ਇੱਥੇ ਸ਼ਹਿਰ ਦੀਆਂ ਨੇ, ਸਮੱਸਿਆ ਹੀ ਸਮੱਸਿਆ ਨੇ ਇੱਥੇ ਤਾਂ। ਇਹਨਾਂ ਨੂੰ ਹੱਲ ਕਰਾਉਣ ਲਈ ਤੁਹਾਡੀ ਕੀ ਕਾਰਜ ਯੋਜਨਾ ਹੋਵੇਗੀ? ਬਿਲਕੁਲ ਇਹਨਾਂ ਨੂੰ ਹੱਲ ਕਰਾਵਾਂਗੇ।
और पूरी तरह हल करावांगे, क्योंकि जिहड़ा असली जिहड़ा इहदा कारण है वह है भ्रिष्टाचार। भ्रिष्टाचार के करके ये ज़्यादा समस्यावां इत्थे होईआं ने। जो भ्रिष्टाचार के उत्ते कंट्रोल होएगा तो अद्धियां समस्यावां तां उहदे नाल अपने आप ही हल होणगीआं। उस दे नाल नाल इस समस्या का जो जो हल ने सारे वो बड़े वधिया तरीके निकाल के समस्या हल करावांगे। फुलका जी, जिवें कि 16 मई नूं देश की जिहड़ी 16वीं लोक सभा का गठन हो जाएगा, तो उस तो बाद तुसी पंजाब दीआं किहड़ियां पंज मुख मंगां ने जिहड़ियां केंद्र सरकार तो हल करानियां चाहोगे? देखो, सब तो पहला तो जो केजरीवाल जी ने कहा कि एक एग्रीकल्चर इनकम कमीशन बनाया जाएगा, किसानों की जिहड़ी आमदन हुण उहदा पता नहीं चल लगता कि कदे उपर नीचे उपर नीचे, कदे कुछ बचता ही नहीं। उन्होंने कहा आमदन जिहड़ी किसानों की वो बनाई जाएगी ताकि उन्होंने उन्नी आमदन मिले ही मिले। सब तो पहली गल तो वह जो एग्रीकल्चर प्राइस कमीशन है उसका गठन करावांगे। दूजी गल, जो इत्थे दरियावां दे विच इन्नी ज़्यादा पोल्यूशन हुई है, प्रदूषण इन्ना ज़्यादा है, उस दे करके तुसीं ये देखो जगह जगह दे उत्ते बीमारियां फैलियां ने, कैंसर इन्नी ज़्यादा फैल गई है इत्थे। वो जिहड़ा वो उन्हां नूं सफाई करवाना, सेंटर सरकार तो उन्हां नूं साफ करवावांगे। तीजी गल, जो इंडस्ट्री इत्थों स्टेट चों छड़ छड़ के भज रही है, छड़ के भज रही है, उहदे इक कारण तां भ्रिष्टाचार आ, उहदे नाल नाल इह वी आ कि कोई इंडस्ट्री नूं कोई भी फायदे नहीं दिते गए। वो इंडस्ट्री नूं ऐसे फायदे दिते जाण जिहड़ी कि इंडस्ट्री इत्थे सूबे विच ही रहे, इत्थों छड़ के दूजे सूबिआं विच ना भजे, इह वी कम करावांगे। और इसे तरह करके जो जो पंजाब दीआं समस्यावां ने उन्हां नूं वारी वारी करके हल करावांगे, क्योंकि आम आदमी पार्टी बड़ी इमानदार है सारे मुद्दे नूं तां करन दे विच। हुणे तुसीं देखिआ होगा कि केजरीवाल जी ने SIT बनाई 84 दे कातलां नूं सज़ा दिवाउण लई। इसे तरह दीआं बाकीआं भी जिन्नीआं भी पंजाब दीआं समस्यावां मंगां ने एक एक करके सारिआं दा बड़ी इमानदारी नाल फैसला करांगे, ना कि सिर्फ नारे लगा के ਜਿਹੜੇ ਹੁਣ ਤੱਕ ਅਕਾਲੀ ਦਲ ਅਤੇ ਕਾਂਗਰਸ ਨੇ ਲਗਾਏ ਆ। ਐਡਵੋਕੇਟ ਫੁਲਕਾ ਜੀ, ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਤੁਸੀਂ 2012 ਵਿੱਚ ਜਿਹੜੀਆਂ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਨ, ਉਦੋਂ ਤੁਸੀਂ 800 ਕਿਲੋਮੀਟਰ ਦਾ ਇਲਾਕਾ ਜਿਹੜਾ ਹੈਗਾ ਜਾ ਕੇ ਉੱਥੇ ਲੋਕਾਂ ਨੂੰ ਨਸ਼ਿਆਂ ਤੋਂ ਨਸ਼ਾ ਰਹਿਤ ਚੋਣਾਂ ਕਰਾਉਣ ਦੀ ਮੰਗ ਕੀਤੀ ਸੀ, ਨਸ਼ਿਆਂ ਬਾਰੇ ਗੱਲ ਕੀਤੀ ਸੀ, ਅਤੇ ਕੀ ਤੁਸੀਂ ਹੁਣ ਇਹ ਲੁਧਿਆਣਾ ਦੇ ਲੋਕਾਂ ਨਾਲ ਵਾਅਦਾ ਕਰਦੇ ਹੋ ਵੀ ਜਿਹੜੀ ਤੁਸੀਂ ਇਹ ਚੋਣ ਲੜ ਰਹੇ ਹੋ ਇਹ ਸਾਫ਼ ਸੁਥਰੀ ਅਤੇ ਨਸ਼ਾ ਰਹਿਤ ਹੋਵੇਗੀ? ਵਾਅਦਾ ਕੀ ਮੈਂ ਜੇ ਸਿਆਸਤ 'ਚ ਆਇਆ ਹੀ ਇਸ ਵਾਸਤੇ ਹਾਂ, ਕਿਉਂਕਿ ਇਹ ਜੋ ਹੁਣ ਲੀਡਰ ਆ, ਚਾਹੇ ਉਹ ਕਾਂਗਰਸ ਦੇ ਹੋਣ ਅਤੇ ਚਾਹੇ ਉਹ ਅਕਾਲੀ ਦਲ ਦੇ ਹੋਣ, ਇਹਨਾਂ ਦੀ ਸੋਚਣੀ ਇਹ ਆ ਕਿ ਪੰਜਾਬ ਵਿੱਚ ਤਾਂ ਸਿਰਫ ਨਸ਼ੇ ਵੰਡ ਕੇ ਹੀ ਚੋਣਾਂ ਜਿੱਤੀਆਂ ਜਾ ਸਕਦੀਆਂ। ਇਹੀ ਉਹ ਮੈਂ ਸਾਬਤ ਕਰਨ ਲਈ ਆਇਆ ਸਿਆਸਤ ਵਿੱਚ ਕਿ ਨਸ਼ੇ ਵੰਡਣ ਦੀ ਕੋਈ ਲੋੜ ਨਹੀਂ, ਬਿਨਾਂ ਨਸ਼ਿਆਂ ਤੋਂ ਵੀ ਪੰਜਾਬ ਦੇ ਵਿੱਚ ਚੋਣਾਂ ਜਿੱਤੀਆਂ ਜਾ ਸਕਦੀਆਂ। ਔਰ ਬਿਲਕੁਲ ਨਸ਼ੇ ਨਾ ਪੈਸੇ ਨਾ ਕੋਈ ਹੋਰ ਗਲਤ ਕਦਮ ਬਿਲਕੁਲ ਨਹੀਂ ਉਠਾਵਾਂਗੇ। ਜੇਕਰ ਕੋਈ ਗਲਤ ਕਦਮ ਉਠਾ ਕੇ ਚੋਣਾਂ ਜਿੱਤੀਆਂ ਤਾਂ ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਹੋਏਗੀ। ਅਸੀਂ ਸਾਫ਼ ਸੁਥਰੀਆਂ ਇੱਥੇ ਚੋਣਾਂ ਕਰਾਂਗੇ, ਇਸ ਸਿਸਟਮ ਨੂੰ ਇੱਥੇ ਬਦਲ ਗਏ ਤਾਂ ਉਹ ਸਭ ਤੋਂ ਵੱਡੀ ਜਿੱਤ ਆ। ਫੁਲਕਾ ਜੀ, ਤੁਹਾਡੀ ਨਜ਼ਰ 'ਚ ਇਸ ਵਕਤ ਦੇਸ਼ ਦੇ ਸਾਹਮਣੇ ਕਿਹੜੀਆਂ 5 ਚੁਣੌਤੀਆਂ ਨੇ ਔਰ ਉਹਨਾਂ ਦਾ ਹੱਲ ਕਿਵੇਂ ਨਿਕਲ ਸਕਦਾ ਹੈ ਦੇਸ਼ ਸਾਹਮਣੇ? ਦੇਖੋ, ਸਭ ਤੋਂ ਵੱਡੀ ਚੁਣੌਤੀ ਤਾਂ ਦੇਸ਼ ਦੇ ਵਿੱਚ ਜੋ ਹੈ ਉਹ ਭ੍ਰਿਸ਼ਟਾਚਾਰ ਦੀ ਹੈ। ਮੇਨ ਮੁੱਦਾ ਜੋ ਚੜ੍ਹ ਹੈ ਉਹ ਭ੍ਰਿਸ਼ਟਾਚਾਰ ਹੈ। ਜਦੋਂ ਕੇਜਰੀਵਾਲ ਚੀਫ ਮਿਨਿਸਟਰ ਬਣਿਆ, ਉਹਦੇ ਕੁਰਸੀ 'ਤੇ ਬੈਠਦੇ ਹੀ ਨਾ ਤਕਰੀਬਨ ਇਹ ਤੀਜਾ ਹਿੱਸਾ ਤੋਂ ਭ੍ਰਿਸ਼ਟਾਚਾਰੀ ਆਪਣੇ ਆਪ ਹੀ ਖਤਮ ਹੋ ਗਈ ਸੀ। ਜਦੋਂ ਉੱਪਰ ਇਮਾਨਦਾਰ ਬੰਦਾ ਬੈਠਾ ਹੋਵੇ ਉਹਦੇ ਨਾਲ ਅਸਰ ਪੈਂਦਾ। ਦੂਜੀ ਗੱਲ ਸਵਰਾਜ, ਲੋਕਾਂ ਦੇ ਕੋਲੋਂ ਇਹਨਾਂ ਨੇ ਪੂਰੀ ਪਾਵਰ ਤਾਕਤ ਖਿੱਚ ਕੇ ਲੀਡਰਾਂ ਨੇ ਆਪਣੇ ਹੱਥ 'ਚ ਰੱਖੀ ਹੈ। ਜਨਤਾ ਦਰਾਂ ਦਰਾਂ 'ਤੇ ਭੜਕਦੀ ਆ, ਕੋਈ ਵੀ ਸਰਕਾਰੀ ਮਹਿਕਮਿਆਂ 'ਚ ਕੰਮ ਨਹੀਂ ਹੁੰਦਾ ਉਹਨਾਂ ਦਾ, ਕਿਉਂਕਿ ਜੋ ਵੀ ਨੇਤਾ ਨੇ ਜਿਹੜੇ ਮਰਜ਼ੀ ਪਾਰਟੀ ਦੇ ਨੇ, ਇਹ ਚਾਹੁੰਦੇ ਨਹੀਂ ਕਿ ਉਹਨਾਂ ਦੇ ਜਾ ਕੇ ਸਰਕਾਰੀ ਮਹਿਕਮਿਆਂ ਦੇ ਸਿੱਧੇ ਕੰਮ ਹੋਣ। ਇਹਨਾਂ ਨੇ ਪੂਰਾ ਸਿਸਟਮ ਨੂੰ ਪੂਰੇ ਦਾ ਪੂਰਾ ਇਹ ਜੋ ਤਬਾਹ ਕੀਤਾ ਹੋਇਆ, ਇਹ ਸਿਸਟਮ ਨੂੰ ਪੂਰੇ ਨੂੰ ਰਿਸਟੋਰ ਕਰਨਾ,
बहाल करना पूरा पंजाब दे विच भी बाकी सारे देश विच तां कि जो भी नागरिक आ उन्हूं किसे नेता दे पिछे भजन की लोड़ ना पवे बिना कोई रिश्वत बिना सिफारिश उसका कम होवे सरकारी महकमे च जाके सीधा अपनी अर्जी देन मिथे दिनां दे विचों कम होवे अगर वह कम मिथे दिनां च नहीं हुंदा तां जो अफसर जिम्मेवार आ उहदे खिलाफ़ कार्रवाई की जाए। फुलका जी जिवें असीं देखदे आ पिछलियां जिहड़ियां लोक सभा दीआं तीन जां चार चोणां होईआं उन्हां दे विच आम करके गठजोड़ दीआं सरकारां बन रहीआं हैगीआं दस दस पंद्रह पंद्रह भी भी पार्टियां दा गठजोड़ बनदा सरकार बन जांदी है उस बाद जो कुछ हुंदा सब कुछ तुहानूं पता तुसीं इहदा कारण की समझदे हो भी गठजोड़ दीआं सरकारां बनण दे की कारण ने? क्योंकि देखो जनता इस सिस्टम तो बड़ी तंग आई है बड़े लोग तंग आए ने और तंग आउण दे करके कोई पार्टी एक पार्टी तो उन्हां नूं उम्मीद नहीं है कि साडी जिंदगी दे विच कोई आके वड्डा फर्क पाएगी। हुण इस टाइम आम आदमी पार्टी ऐसी उठी है एक एक इंसान जिहड़ा सोचता वह यह सोच रहा कि मेरी जिंदगी च फर्क पएगा एक एक गरीब सोच रहा मेरी जिंदगी च फर्क पै रहा नौजवान सोच रहा ये गल्लां जिहड़े तां लोग इह प्रेस सिस्टम दा हिस्सा ने जिन्हां ने जनता नूं बेवकूफ़ बना के अपने पिछे लगाया जिन्हां ने खुद ये सियासत के नाम के उत्ते पैसे कमा रहे ने वो लोग तो छड़ दिओ दूजे जिहड़े आम लोग ने वह बिल्कुल पिसे हुए ने इस सिस्टम तो यही कारण आ कि उन्होंने किसी भी पार्टी नू पूरी वोटां पा के बहुमत अजे तक नहीं आई। हुण तुसीं देखना जो हालत हुण बन रही आ सारे देश में जो हालत बनती जा रही आ एक हनेरी आएगी एक तरह की देखियो ये जो हनेरी आएगी ना तो देखना हुण 16 मई नू जाके नतीजे कह जे निकलते आ और किवें आम आदमी पार्टी पूरा झाड़ू फेरदी है भ्रिष्टाचारियां पार्टियां दे। फुलका जी की तुसी समझते हो भी हुण देश नूं विकास दे राह ते तोरन लई 16वीं लोक सभा पूर्ण बहुमत नाल बनेगी? देखो पहली गल तां इह विकास दे राह दे उत्ते तोरन दे वास्ते जो भी इंसान उपर टॉप दी पदवी ते बैठा प्रधानमंत्री ते मंत्री उन्हां दी इच्छा इह होनी चाहीदी आ कि असीं देश वास्ते कुछ करना कल्ली पूर्ण बहुमत दे नाल नहीं विकास होना। और राजीव गांधी नूं 400 सीटां दित्तियां सी दिसंबर 84 बुफर दा कांड उत्थों होया की उत्थे नहीं होया वो जिन्नियां मतलब कि भ्रिष्टाचारी असली जो जे देखा जाए उत्थों शुरू हुई तो यह कहना बहुमत मिल जूगा उन्हां देश की समस्या हल हो जाएगी गलत आ। और जिहड़े बंदे हो इमानदार बिठाओ बहुमत होवे ना होवे जो बंदे ईमानदार बैठणगे उहदे नाल देश का सुधार होगा ना कि किसी हिटलर अर्गे नूं बिठा दो जिहड़ा जिन्हें तुहानूं इंदिरा गांधी ने एमरजेंसी लगाती सी कोई हो रहा जाके बैठ गया उहदे अर्गा पता नहीं की हाल करूगा कल नूं की मिनोरिटीज़ का करूगा की दूजियां का करूगा की हाल करेगा। तो इस करके बंदे अच्छे होने चाहिए आ जिहड़े के चाहते होण विकास करना देश का ना कि अपना। धन्यवाद फुलका जी।